रहीम अस्सलाम वालेकुम दोस्तों, अज हैगा जी 2020 मॉडल दबंग 85। तो यदि आप मालूमत लवेंगे जेडे उस्ताद जी आना को कि इन्होंने किन्ने का लिया तो कला कि पिछले लाया तो यह कि खर्चा कर जाता अपना लेजर के उत्ते घंटे का। तो दूसरी गल कि यह मैसी 385 नालों बेहतर आ या मैसी ठीक है, तो शुरू कर दें अपना इंटरव्यू वीडियो पूरी देखिए थोड़ा जहा है जी। उस्ताद जी सर अपना इलाका दस्यो कि जी थोड़ा जिला साहिवाल तहसील चीजा वदनी जी। तहसील चीजा वदनी जिला साहिवाल 169L 169L। उस्ताद जी थोड़ा नाम मोहम्मद अहमद जी। अच्छा उस्ताद जी दस्यो कि दबंग 85 जड़ा है केड़ा मॉडल आ तुहाडे कोल? ए 20 मॉडल आ जी, 2020 मॉडल आ। अच्छा ये दस्यो कि तुसी दबंग 85 चला रहे हो, मैसी भी चलाया इहदी जगह ते? बड़ा चलाया जी। अच्छा इन्हां दोवां ट्रैक्टरां चों बेहतर केड़ा वा? ए बेहतर ए आ जी, खिचाई दे हिसाब नाल ट्रैक्टर दे हिसाब नाल भी बेहतर ए आ, तोरा भी ज्यादा जी इहदा। अच्छा खर्चा जिहड़ा जी, जे इक जगह ते काम करिए ना जी रूटीन ना, सही है 4 लीटर दी एवरेज आ रही है। 4 लीटर घंटे दा खांदा? 1 घंटे दा। तुहाडा ब्लेड पिछे किन्ने फुटा वा? ब्लेड 8 फुटा जी। ਕਿਹੜੀ ਕੰਪਨੀ ਦਾ? ਇਹ ਤ੍ਰਿਪਲ ਦਾ ਜੀ। ਇਹ ਕਿੰਨੇ ਦਾ ਲਿਆ ਸੀ ਬਲੇਡ ਤੁਸੀਂ ਤੇ ਕਿੱਥੋਂ ਲਿਆ ਸੀਗਾ? ਬਲੇਡ ਲਾਹੌਰੋਂ ਲਿਆਂਦਾ ਜੀ, 6 ਲੱਖ 'ਚ ਪੈ ਗਿਆ ਜੀ। ਮਤਲਬ ਮੁਕੰਮਲ ਜਿਹੜਾ ਡਿਵਾਈਸਾਂ ਵਗੈਰਾ ਸਾਰੀਆਂ ਹੁੰਦੀਆਂ ਨੇ। ਹਾਂਜੀ। ਔਰ ਟਰੈਕਟਰ ਤੁਹਾਡਾ 20 ਮਾਡਲ ਕਿੰਨੇ ਦਾ ਆਇਆ ਸੀਗਾ? ਇਹ ਮੇਰਾ ਹੈ ਜੀ 13 ਲੱਖ ਤੇ 75 ਤੱਕ, 85 ਦਾ ਕਹਿ ਰਹੇ ਸੀ ਭਾਈ ਜਾਨ। 2020 ਮਾਡਲ। ਹਾਂਜੀ। ਅੱਛਾ ਉਸਤਾਦ ਜੀ 85 ਕਿੰਨਾ ਖਰਚਾ ਕਰ ਜਾਂਦਾ? ਤੁਸੀਂ 85 ਵੀ ਚਲਾਇਆ? ਥੋੜਾ ਵੱਡਾ 85 ਆ ਨਾ ਜੀ ਮੈਸੀ। ਹਾਂਜੀ 385 ਵੱਡਾ ਮਾਡਲ ਜਿਹੜਾ ਉਹ 6 ਲੀਟਰ 6.5 ਲੀਟਰ ਖਾਂਦਾ ਪਿਆ ਆਰਾਮ ਨਾਲ। ਮੈਂ ਕੱਲ ਵੀ ਚਲਾ ਕੇ ਆਇਆ। ਅੱਛਾ ਤੇ ਜਿਹੜਾ ਹੈਗਾ ਵਾ 375 ਜੀ। ਹਾਂਜੀ ਉਹ ਕਰਦਾ ਪਿਆ 5 ਲੀਟਰ 5.25। ਉਹਦੀ ਉਹਨੀ ਖਿਚਾਈ ਵੀ ਨਹੀਂ ਹੈਗੀ? ਹਾਂਜੀ ਖਿਚਾਈ ਵੀ ਨਹੀਂ ਗੀ। ਜਿਹੜਾ ਵੀ ਘੱਟ 640 ਆ ਜੀ। ਹਾਂਜੀ ਛੋਟਾ 640 ਇਹ ਤੋਂ ਛੋਟਾ 75 ਹਸਪਾਵਰ ਜਿਹੜਾ 65 ਹਸਪਾਵਰ 75 ਹਸਪਾਵਰ 75 ਹਸਪਾਵਰ ਉਹ ਕਰਦਾ ਪਿਆ ਜੀ 5.5-5। ਸਹੀ ਹੈ 4.5 ਵੀ ਕਰ ਜਾਂਦਾ ਜੀ ਅਗਰ ਨਾਰਮਲ ਰੱਖੋ ਤਾਂ। ਸਹੀ ਹੈ ਇਹਨੂੰ ਦਬ ਕੇ ਵੀ ਰੱਖ ਲਓ ਨਾ ਥੋੜਾ ਜਿਹਾ। ਸਹੀ ਹੈ ਤੇ ਫਿਰ ਵੀ 5 ਤੇ ਬੜੇ ਜ਼ੋਰ ਨਾਲ ਪਹੁੰਚਦਾ। ਠੀਕ ਹੈ ਮਤਲਬ ਕਿ ਇਹ ਸਲਿੱਪ ਘੱਟ ਕਰਦਾ ਵਾ? ਸਲਿੱਪ ਬਹੁਤ ਕੰਮ ਕਰਦਾ, ਇਹਦੇ ਪਿੱਛੇ ਵੇਟ ਲੱਗੇ ਆ। ਵੇਟ ਲੱਗੇ ਹੋਏ ਆ, ਵੇਟ ਹੈਗੇ ਜੀ 55-55 ਕਿਲੋ ਦੋ ਦੋਵਾਂ ਪਾਸੇ ਆ। ਉਹ ਵੇਟਾਂ ਦੀ ਵਜ੍ਹਾ ਨਾਲ ਇਹਦੀ ਗ੍ਰਿਪ ਅੱਛੀ ਆ, ਰੇਤੇ ਵਿੱਚ ਵੀ ਕੰਮ ਕਰਦਾ ਆ, ਗ੍ਰਿਪ ਅੱਛੀ ਆ। ਅੱਛਾ ਤੇ ਤੁਸੀਂ ਇਹ ਦੱਸਿਓ ਕਿ ਤੁਸੀਂ ਅੱਗੇ ਵੇਟ ਤੇ 4-4 ਹੁੰਦੇ, ਤੁਸੀਂ ਦੋ ਦੋ ਵੇਟ ਖੋਲ ਦਿੱਤੇ ਅੱਗੇ, ਇਹਦੀ ਕੀ ਵਜ੍ਹਾ? ਅਸੀਂ ਵੈਸੇ ਖੋਲੇ ਜੀ, ਅਸੀਂ ਕਿਹਾ ਵੀ ਟਾਇਰਾਂ ਦਾ ਮਸਲਾ ਨਾ ਬਣ ਜਾਵੇ, ਕੋਈ ਘਸ ਜਣਾ ਜਾਣ ਜਿਆਦਾ। ਵੈਸੇ ਤੇ ਇਹਦਾ ਹਿੱਸਾ ਬਹੁਤ ਮਜ਼ਬੂਤ ਕਰ ਦਿੱਤਾ ਨਾ ਅਗਲਾ ਉਹਨਾਂ ਨੇ, ਉੱਠਦਾ ਨਹੀਂ ਟਰੈਕਟਰ ਜਿੰਨਾ ਮਰਜ਼ੀ। ਇਹਦੀ ਲੰਬਾਈ ਜ਼ਿਆਦਾ ਨਾ? ਲੰਬਾਈ ਜ਼ਿਆਦੀ ਹੈ, ਲੰਬਾਈ ਜ਼ਿਆਦਾ। ਚਲੋ ਜੀ ਥੋੜਾ ਟਰੈਕਟਰ ਦਿਖਾ ਦਈਏ, ਫਿਰ ਤੁਸੀਂ ਸਾਨੂੰ ਕੋਈ ਦੋ ਚੱਕਰ ਵੀ ਲਾ ਕੇ ਦਿਖਾਈ ਆ ਜੀ। ਉਸਤਾਦ ਜੀ ਉਹਨੇ ਜਿਹੜਾ ਦੇਰ ਤੱਕ ਆਪਣਾ ਉਹ ਲੇਜ਼ਰ ਜਿਹੜਾ ਹੈਗਾ ਉਹਦੀਆਂ ਡਿਵਾਈਸਾਂ ਵਗੈਰਾ ਉਹ ਫਿੱਟ ਕਰ ਲੈਂਦਾ ਹੈ, ਦੇਖ ਲਓ ਜੀ ਇਹਦਾ ਅਗਲਾ ਹਿੱਸਾ ਪਹਿਲੇ ਨਾਲੋਂ ਕਾਫੀ ਮਜ਼ਬੂਤ ਕਰ ਦਿੱਤਾ ਗਿਆ ਹੈ, ਹੈਗਾ 2020 ਮਾਡਲ। ਤੇ ਹੁਣ ਗਾਂ 2021 ਆਉਣਗੇ, ਹਾਲੇ ਫਿਲਹਾਲ 2020 ਚੱਲ ਰਿਹਾ ਜੀ। ਇਹ ਦੇਖੋ ਮੇਰੇ ਕੋਲ ਸੀਗਾ 17 ਮਾਡਲ, 17 ਮਾਡਲ ਨੂੰ ਇਹ ਮੁੱਖੀਆਂ ਜਿਹੜੀਆਂ ਲਾਈਆਂ ਸੀਗੀਆਂ ਇਹਨਾਂ ਨੇ ਵੱਡੇ ਫੀਅਟ ਵਾਲੀਆਂ, ਸਪੈਂਡਲ ਵੀ ਵੱਡੇ ਫੀਅਟ ਵਾਲੇ ਸੀਗੇ। ਇਹ ਜੈਕ ਜਿਹੜਾ ਵਾ ਇੱਕ ਸਾਈਡ 'ਤੇ ਸੀਗਾ, ਇਹਨੂੰ ਡਬਲ ਕਰ ਦਿੱਤਾ, ਇਹ ਹਿੱਸਾ ਹਲਕਾ ਸੀ ਉਹਦਾ, ਵੱਡੇ ਫੀਅਟ ਵਾਲਾ ਸੀ 640 ਵਾਲਾ, ਇਹ ਵੀ ਕਾਫੀ ਮਜ਼ਬੂਤ ਕਰ ਦਿੱਤਾ ਔਰ ਭਾਰਾ ਕਰ ਦਿੱਤਾ ਪਹਿਲੇ ਨਾਲੋਂ। ਬਾਕੀ ਤਕਰੀਬਨ ਚੀਜ਼ਾਂ ਉਹੀ ਆ ਜੀ, ਅੱਗੇ ਵੇਟ ਪਹਿਲੇ ਵੀ ਸੀਗੇ ਹੁਣ ਵੀ ਆ, ਅਤੇ ਟਿਊਬਾਂ ਪਹਿਲੇ ਵੀ ਇਹਦੀਆਂ ਠੀਕ ਸੀਗੀਆਂ, ਅਤੇ ਵੇਟ ਇਹਨਾਂ ਦੇ ਡਬਲ ਲੱਗੇ ਹੋਏ ਆ, ਅਤੇ ਇਹ ਪਿੱਛੇ ਇਹਨਾਂ ਦਾ ਲੇਜ਼ਰ ਆ ਜੀ। ਬਾਕੀ ਜਿੱਦਾਂ ਕੰਪਨੀ ਫਿਟਡ ਛੱਤ ਹੁੰਦੀ ਹੈ, ਛੱਤ ਵੀ ਲੱਗੀ ਆ ਨਾਲ ਇਹਨੂੰ, ਅਤੇ ਸਾਰਾ ਸਿਸਟਮ ਇੱਦਾਂ ਹੀ ਆ ਜੀ। ਬਾਕੀ ਵੀਡੀਓ ਦੇਖਿਓ ਜੀ, ਅਤੇ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਉਸਤਾਦ ਜੀ ਨੇ ਅੱਛੀ ਮਾਲੂਮਾਤ ਦਿੱਤੀ ਆ ਸਾਨੂੰ ਇਹਦੇ ਬਾਰੇ 'ਚ, ਅਤੇ ਕਿੰਨੇ ਦਾ ਉਹਨਾਂ ਨੇ ਲਿਆ ਉਹਨਾਂ ਨੇ ਇਹ ਵੀ ਦੱਸ ਦਿੱਤਾ। ਇਹ ਪਿੱਛੇ ਲੇਜ਼ਰ ਆ ਜੀ ਇਹਦੇ, ਅਤੇ ਇਹ ਕੰਪਨੀ ਦਾ ਲੇਜ਼ਰ ਆ ਜੀ। ਅਤੇ ਉਸਤਾਦ ਜੀ ਦਾ ਇਹਦੇ ਬਾਰੇ ਕੁਛ ਕਹਿਣਾ? ਉਸਤਾਦ ਜੀ ਤੁਸੀਂ ਕੀ ਕਹਿ ਰਹੇ ਸੀ ਪਹਿਲੇ, ਆਪਣਾ ਕਿੱਦਾਂ ਕੀ ਸਿਸਟਮ ਆ ਇਹਦਾ? ਸਿਸਟਮ ਇਹਦਾ ਹੈ ਜੀ, ਵਿੰਗੀ ਵੀ ਲੱਤ ਲੱਗ ਜਾਵੇ ਨਾ ਥੋੜ੍ਹੀ ਬਹੁਤੀ, ਉਹ ਜਿਹੜੀ ਜਿੱਦਾਂ ਤਰਪਾਈ ਵਿੰਗੀ ਲੱਗੀ ਥੋੜ੍ਹੀ ਜਿਹੀ, ਅਤੇ ਇਹ ਆਪਣਾ ਕੰਟਰੋਲ ਆ ਕਰਦੀ ਚੱਲ ਕੇ ਆਪੇ, ਇਹ ਸੈਂਟਰ 'ਚ ਆਉਂਦੀ ਆ। ਸਹੀ ਹੈ, ਮਤਲਬ ਕਿ ਇਹਦੇ ਇਹਦੇ ਵਿੱਚ ਵੀ ਮੂਵਿੰਗ ਹੈ, ਇਹਦੇ ਵਿੱਚ ਹੈ, ਚਾਰਾਂ ਪਾਸੇ ਇਹ ਆਪਣਾ ਸੈਂਟਰ ਆਟੋਮੈਟਿਕ ਲੈਵਲ ਇੱਥੋਂ ਹੋਣਾ ਇਹਦਾ, ਇੱਥੋਂ ਆਪੇ ਕਰ ਲੈਂਦੀ ਹੈ ਸੈੱਟ, ਹੋਰ ਕਿਸੇ ਮਸ਼ੀਨ 'ਚ ਸਿਸਟਮ ਨਹੀਂ ਹੈਗਾ? ਨਹੀਂ ਹੋਰ ਕਿਸੇ 'ਚ ਨਹੀਂ ਹੈਗਾ ਜੀ। ਇਹ ਦੇਖ ਲਓ ਜੀ, ਇਹ ਇਹਦੇ ਵਿੱਚ ਜਿਹੜਾ ਲੇਜ਼ਰ ਲੱਗੀ ਆ ਨਾ, ਕਹਿੰਦੇ ਅਗਰ ਥੋੜਾ ਜਿਹਾ ਟੇਢੀ ਵੀ ਲੱਗ ਜਾਵੇ ਨਾ ਇਹ ਲੇਜ਼ਰ, ਇਹਦੇ ਨਾਲ ਆਪਣੇ ਆਪ ਹੀ ਮੂਵ ਕਰ ਜਾਂਦੀ ਆ ਇਹਦੇ ਵਿੱਚ ਕੋਈ। ਹਾਂ ਚਲੋ ਕੋਈ ਨਹੀਂ, ਤੁਸੀਂ ਫਿੱਟ ਕਰੋ ਇਹਨੂੰ। ਆਹ ਦੇਖੋ ਜੀ, ਖੁਦ ਬ ਖੁਦ ਲੇਵਲ ਕਰ ਰਹੀ ਆ ਇਹ, ਅਤੇ ਇਹ ਦੇਖੋ ਮਤਲਬ ਕਿ ਥੋੜ੍ਹਾ ਜਿਹਾ ਅਗਰ ਡਿਵਾਈਸ ਟੇਢੀ ਵੀ ਲੱਗੀ ਹੈ ਨਾ, ਘੁੰਮ ਰਹੀ ਹੈ। ਹਾਂਜੀ ਇਹ ਸਿੱਧੀ ਹੋ ਰਹੀ ਜੀ, ਆਹ ਤਕਰੀਬਨ ਆਹ ਦੇਖ ਲਓ। ਚਲੋ ਠੀਕ ਹੋ ਗਿਆ ਸਾਹ ਜੀ, ਤੁਸੀਂ ਕਰੋ ਫਿੱਟ ਇਹਨੂੰ। ਲਓ ਜੀ ਸਾਹ ਜੀ ਨੇ ਗੱਡੀ ਸਟਾਰਟ ਕਰ ਲਈ ਮਾਸ਼ਾ ਅੱਲਾਹ। ਠੀਕ ਹੈ ਜੀ।
ਫੁੱਲ ਚੱਕੇ ਹੋਏ ਆ ਔਰ ਦੋ ਦਾ ਚੌਥਾ ਗੇਅਰ। ਟਰੈਕਟਰ ਟਾਇਰ ਨਹੀਂ ਰੋਕਦਾ, ਬਲੇਡ ਫੁੱਲ ਕਰ ਦਿੰਦਾ ਵਾ, ਟਾਇਰ ਨਹੀਂ ਰੋਕਦੇ ਉਹਦੇ। ਦੇਖ ਲਓ ਖਿਚਾਈ ਜਿਹੜੀ ਆ, ਹਾਂਜੀ ਥੱਲੇ ਹੈਗੀ ਰੇਤਾ ਵਾਲੀ ਜ਼ਮੀਨ ਇਹਦੇ, ਇਸ ਕਰਕੇ ਦੇਖਦੇ ਹੋ ਕਿੱਡਾ ਟਿੱਬਾ ਲੱਗਦਾ ਜੀ ਟਰੈਕਟਰ। ਠੀਕ ਹੈ ਸਰ ਜੀ, ਮਿਹਰਬਾਨੀ ਕਰ ਲਓ ਕੰਮ ਆਪਣਾ, ਬੜੀ ਮਿਹਰਬਾਨੀ। ਹੁਣੇ ਹੌਲੀ ਹੌਲੀ ਖਿੱਚਾਂਗੇ ਕਿਉਂਕਿ ਇੰਨੀ ਮਿੱਟੀ ਦਾ ਇੱਕ ਵਾਰੀ ਜੀ ਦੋਸਤ। ਜਦੋਂ ਦੋਸਤੋ ਵੀਡੀਓ ਅੱਛੀ ਲੱਗੀ ਲਾਈਕ ਜ਼ਰੂਰ ਕਰਿਓ, ਔਰ ਇਨਫੋਰਮੇਸ਼ਨ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਸੈਕਸ਼ਨ 'ਚ ਲਾਜ਼ਮੀ ਦੱਸਿਓ। ਅਗਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਆ, ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਬੈਲ ਆਈਕਨ ਨੂੰ ਲਾਜ਼ਮੀ ਪ੍ਰੈਸ ਕਰਿਓ ਤਾਂ ਕਿ ਇਹੋ ਜਿਹੀਆਂ ਵੀਡੀਓ ਤੁਹਾਨੂੰ ਦੁਬਾਰਾ ਮਿਲਦੀਆਂ ਰਹਿਣ। ਇਹ ਹੁਣ ਜੀ ਆਪਣਾ ਸੈੱਟ ਕਰਨਗੇ, ਜਿਹੜੀ ਮਿੱਟੀ ਖਿੱਚੀ ਹੋਈ ਆ ਉਹਨੂੰ ਦੁਬਾਰਾ ਆਪਣੀ ਜਗ੍ਹਾ 'ਤੇ।